खबर जंडियाला गुरु से है। मिनी ट्रांसपोर्ट छोटा हाथी के चालकों ने जंडियाला गुरु टोल प्लाजा पर जाम लगा दिया। अमृतसर से दिल्ली तक का सड़क जाम कर दिया। उनकी मांग है कि जुगाड़ू गाड़ियों को बंद किया जाए। हाईकोर्ट ने पहले ही पक्ष में फैसला दे दिया था। चालकों का कहना है कि पंजाब सरकार अगर हमारी बात नहीं सुनती तो हम प्रदर्शन करेंगे, रोड जाम करेंगे और प्रशासन से मांग कर रहे हैं। सारे गड्डिया लवाओ, मैंने 3 महीने हो गए हाईस्कोर्ट नंबर प्लेट अप्लाई की, मेरी 3 महीने बाद वारी आनी, 17 अगस्त में वारी आनी है। सरकार को अपने पले कुछ है नहीं, हाईस्कोर्ट नंबर प्लेट को लगती नहीं है। पुलिस जितने मर्जी साढ़े 2000 रुपये का चलान कर दी, डक के दूर वेख के सानू रसीद दी है, पर पुलिस नहीं मानते रसीद। वो कहते जी अं दूर गड्डी वेख लेंगे, नंबर प्लेट पैसे जमा कराते, रसीद कोल है साढ़े जी, पर पुलिस नहीं मानते, फिर चलान करते साडा। तो जो साड़ी पासिंग होंगी है, इंश्योरेंस होंगी है, पासिंग दलाल रखे अमृतसर आरटीओ दफ्तर के साढ़े को जिसे 2000 रुपये का काम है, 5000 रुपये लेंगे वो दलाल। असं सीधा जा नहीं सकते, जो सीधा जाने कोई अफसर साढ़े दस सीधे मूँह तो गल नहीं करता। अगला मसला ही असं फिर करा हाईवे बंद, कंटिन्यू ही करा, लगातार करा। अज तो असं 9 तो 5 किया, अगली बार असं उठा नहीं इतों, सारे पंजाब दे विच कीता वा, असीं कल्ला अमृतसर जिला जां तरन तरन कीता, टोटल पंजाब दे विच कीता गड्डियां जिहड़ी। मेरा नाम साहब सिंह। की अज मसला है जिहड़ा? मसला जगाड़ू रेहड़ियां मोटरसाइकल बंद कराउण वास्ते। इह पहलों भी असीं मंग पत्र दे चुके हां, दिहाती दे भी अमृतसर ते सिटी दे भी अमृतसर, दिहातियां नूं अपना DSP-ਆਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਇਹਨਾਂ ਤੋਂ ਬੰਦ ਕਰਾਉਣ ਵਾਸਤੇ। ਜੰਡਿਆਲੇ ਵੀ ਸਾਡੀ ਇੱਕ ਮੀਟਿੰਗ ਹੋਈ ਸੀ, ਉੱਥੇ ਵੀ ਉਹ ਕਿਹਾ ਸੀ ਵੀ ਜਗਾੜੂ ਜਿਹੜੀਆਂ ਬੰਦ ਕਰੋ, ਮੋਟਰਸਾਈਕਲ ਜਿਹੜੀਆਂ ਬੰਦ ਕਰੋ, ਅਤੇ ਜਿਹੜਾ ਬਣਾਉਂਦਾ ਵਾ ਉਹਨਾਂ ਦੀ ਵੀ ਕਾਰਵਾਈ ਕੋਈ ਨਾ ਕੋਈ ਚਾਹੀਦੀ ਆ। ਕੋਈ ਨੰਬਰ ਪਲੇਟ ਨਹੀਂ, ਕੋਈ ਕੁਝ ਨਹੀਂ, ਜੋ ਮਰਜ਼ੀ ਲੱਦ ਕੇ 10-11 ਕੁਇੰਟਲ 12 ਕੁਇੰਟਲ ਪਾ ਕੇ ਲੈ ਜਾਂਦੇ ਆ, ਕੋਈ ਨਾਕੇ 'ਤੇ ਨਹੀਂ ਘੇਰਦਾ, ਕੋਈ ਟੂਲ ਪਰਤੀ ਨਹੀਂ ਕਰਦਾ। ਅਸੀਂ ਇੱਥੇ ਟੈਕਸ ਵੀ ਭਰਦੇ, ਪਾਸੀਆਂ ਵੀ ਦਿੰਦੇ, ਇੰਸ਼ੋਰੈਂਸ। ਸਾਨੂੰ ਇਤਰਾਜ਼ ਵੇਖੋ, ਸਾਡਾ ਹੱਥ ਹੀ 7 ਕੁਇੰਟਲ ਪਾਸ ਆ, ਮੰਨ ਲਓ ਸਾਡੀ ਓਵਰ ਹੈਡ ਹੋ ਗਈ, ਜੇ ਅਸੀਂ ਗਾਡਰ ਉੱਤੇ ਪਾ ਲਿਆ, ਸਾਨੂੰ ਜਿੱਥੇ ਮਰਜ਼ੀ ਨਾਕੇ 'ਤੇ ਘੇਰ ਕੇ ਚਲਾਉਣ ਆ। ਇਹ 20-20 ਫੁੱਟ ਦੇ ਗਾਡਰ, ਇਹ 20-20 ਫੁੱਟ ਦੇ ਗਾਡਰ ਲੱਦੇ ਆ, ਕੋਈ ਰੱਖਦਾ ਨਹੀਂ, ਕਿਸੇ ਕੋਲ ਕਾਗਜ਼ ਪੱਤਰ ਨਹੀਂ, ਕਿਸੇ ਦਾ ਨੰਬਰ ਨਹੀਂ ਹੈਗਾ। ਹੁਣ ਹਾਈ ਸਕਿਉਰਿਟੀ ਨੰਬਰ ਲੱਗੇ ਆ, ਸਾਡੀਆਂ ਗੱਡੀਆਂ ਦੇ ਲੱਗੇ ਆ, ਇਹਨਾਂ ਦਾ ਸਕਿਉਰਿਟੀ ਨੰਬਰ ਕੋਈ ਨਹੀਂ ਲੱਗਾ ਇਹਨਾਂ ਦੇ, ਅਤੇ ਨਾ ਕੋਈ ਪੁੱਛਦਾ ਹੀ ਆ, ਨਾ ਕੋਈ ਡੱਕਦਾ ਹੀ ਆ, ਜਿੰਨਾ ਮਰਜ਼ੀ ਵੇਟ ਪਾ ਕੇ ਜਾਣ, ਕੋਈ ਨਹੀਂ ਪੁੱਛਦਾ ਇਹਨਾਂ ਨੂੰ। ਅੰਮ੍ਰਿਤਸਰ ਵਿੱਚ ਚੱਲਣ ਡੀਆਂ ਵਾ 12-12 ਕੁਇੰਟਲ ਪਾ ਕੇ, 10-10 ਸਵਾਰੀਆਂ ਭਾ ਕੇ ਚੱਲਣ ਡੀਆਂ। ਟੈਂਪੂ ਵਾਲਿਆਂ ਦਾ ਵੀ ਰੋਜ਼ਗਾਰ ਖੋਇਆ ਗਿਆ ਵਾ, ਅਤੇ ਰੇੜੇ ਘੋੜੇ ਵਾਲਿਆਂ ਦਾ ਵੀ ਰੋਜ਼ਗਾਰ ਖੋਇਆ ਗਿਆ, ਛੋਟੇ ਹੱਥੀ ਵਾਲਿਆਂ ਦਾ ਰੋਜ਼ਗਾਰ ਖੋਇਆ ਗਿਆ। ਅਧਿਕਾਰੀਆਂ ਦੇ ਕਾਰਵਾਈ ਕਰਾਂਗੇ, ਅੱਗੇ ਵੀ ਦਿੱਤੇ ਇਹ ਧਰਨੇ ਲੱਗੇ ਸੀ, ਕੋਈ ਕਾਰਵਾਈ ਤਾਂ ਹੋਈ ਨਹੀਂ। ਹੁਣ ਵੇਖੋ ਅੱਜ ਵੀ ਉਹਨਾਂ ਦਿੱਤਾ ਭਰੋਸਾ ਇਹੋ ਦਿੱਤਾ, ਅਤੇ ਆਉਂਦੇ ਵੀ ਤੁਹਾਡੀ ਕਾਰਵਾਈ ਧਿਆਨ 'ਚ ਲਿਆਉਂਦੇ ਹਾਂ, ਚਲਾਨ ਕਰਦੇ ਹਾਂ, ਫੋਨ ਕਰਦੇ ਹਾਂ। ਇਹ 5 ਵਜੇ ਤੱਕ, 9 ਤੋਂ ਲੈ ਕੇ 5 ਤੱਕ, ਜਿੰਨੀਆਂ ਵੀ 5 ਤੱਕ ਹੈ ਜੀ। ਜੇ ਨਹੀਂ ਅਗਲੇ ਬੰਨੇ ਕੋਲ ਗੱਲ ਕਰਦੇ ਫਿਰ ਅਸੀਂ ਦੁਬਾਰਾ ਕਰਾਂਗੇ। ਅੱਜ ਕਿੰਨੇ ਘੰਟੇ ਤੁਸੀਂ ਟੋਲ ਪਲਾਜ਼ਾ ਬੰਦ? 9 ਤੋਂ 5 ਵਜੇ, 9 ਤੋਂ ਲੈ ਕੇ ਸਵੇਰੇ 9 ਤੋਂ ਲੈ ਕੇ ਸ਼ਾਮੀ 5-8 ਘੰਟੇ ਲੱਗਣਾ ਜੀ। ਅੱਜ ਤੁਹਾਡੀ ਗੱਲਬਾਤ ਸੁਣੀ, ਕੋਣ ਇੱਥੇ ਅਧਿਕਾਰੀ ਪਹੁੰਚਿਆ? ਅੱਛਾ, ਨਹੀਂ SHO ਸਾਹਿਬ ਆਏ ਆ, ਜੰਡਿਆਲਾ ਦੇ SHO ਸਾਹਿਬ ਆਏ ਆ।